ਬਾਰਡਰ ਸਿਕਿਉਰਿਟੀ ਫੋਰਸ ਅਤੇ ਪੰਜਾਬ ਪੁਲਿਸ ਵੱਲੋਂ ਬਾਰਡਰ ਤੇ ਸਾਂਝਾ ਆਪਰੇਸ਼ਨ ਚਲਾਇਆ ਗਿਆ ਸੀ ਜਿਸ 'ਚ ਉਹਨਾਂ ਨੂੰ ਵੱਡੀ ਸਫਲਤਾ ਮਿਲੀ ਹੈ ਅਤੇ ਸਰਹੱਦ ਪਾਰੋਂ 5 ਕਿਲੋ 650 ਗ੍ਰਾਮ ਹੈਰੋਨ ਅਤੇ 2 ਪਾਕਿਸਤਾਨ ਸਿਮ ਪ੍ਰਾਪਤ ਕੀਤੇ ਗਏ ਨੇ। ਬਾਰਡਰ ਸਿਕਿਉਰਿਟੀ ਫੋਰਸ ਅਤੇ ਪੰਜਾਬ ਪੁਲਿਸ ਵੱਲੋਂ ਬਾਰਡਰ ਤੇ ਚਲਾਏ ਗਏ ਸਾਂਝੇ ਆਪਰੇਸ਼ਨ ਉਸ ਸਮੇਂ ਵੱਡੀ ਸਫਲਤਾ ਮਿਲੀ ਹੈ ਜਦੋਂ ਕਿ BSF ਦੀ DNR ਚੌਂਕੀ ਕੋਲ ਤਲਾਸ਼ੀ ਦੌਰਾਨ ਤਾਰੋਂ ਪਾਰ 5 ਕਿਲੋ 600 ਗ੍ਰਾਮ ਹੈਰੋਨ ਪ੍ਰਾਪਤ ਕੀਤੀ ਗਈ। ਇਸ ਸਬੰਧੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਫਾਜ਼ਿਲਕਾ ਪੰਜਾਬ ਪੁਲਿਸ ਕਪਤਾਨ ਡਾਕਟਰ ਕੇਤਨ ਬਲੀਰਾਮ ਪਾਟਿਲ ਨੇ ਦੱਸਿਆ ਕਿ ਉਹਨਾਂ ਨੇ ਗੁਪਤ ਜਾਣਕਾਰੀ ਮਿਲੀ ਸੀ ਅਤੇ ਉਹਨਾਂ ਨੇ ਗੁਪਤ ਜਾਣਕਾਰੀ ਦੇ ਆਧਾਰ ਤੇ ਸਾਂਝਾ ਆਪਰੇਸ਼ਨ ਚਲਾਇਆ ਸੀ ਜਿਸ ਦੌਰਾਨ ਉਹਨਾਂ ਨੂੰ ਵੱਡੀ ਸਫਲਤਾ ਮਿਲੀ ਹੈ। ਨਾਲੇ ਉਹਨਾਂ ਦੱਸਿਆ ਕਿ ਪੈਕਟਾਂ ਦੇ ਨਾਲ ਇੱਕ ਬੋਤਲ ਵੀ ਬਰਾਮਦ ਹੋਈ ਹੈ ਅਤੇ ਨਾਲ 2 ਪਾਕਿਸਤਾਨ ਸਿਮ ਵੀ ਬਰਾਮਦ ਕੀਤੇ ਗਏ ਨੇ। BSF ਔਰ ਪੰਜਾਬ ਪੁਲਿਸ ਦੀ ਜੁਆਇੰਟ ਟੀਮ ਕੋ ਬਹੁਤ ਬੜੀ ਸਫਲਤਾ ਪ੍ਰਾਪਤ ਹੋਈ ਹੈ। हमारे फिरोजपुर रेंज के आई महानजोग आई सर के दिशा निर्देश अनुसार हमने फिरोजपुर सेक्टर फिरोजपुर फाजिला सेक्टर में जो सेक्टर लाइन ऑफ डिफेंस के जो पक्का नाकाबंदी की है और ड्रग पेडलर्स के खिलाफ जो मुहिम छेड़ी है इसमें एक सफलता मिलेगी जिसमें 5 किलो 650 ग्राम हेरोइन और 2 पाकिस्तानी सिम बरामद करने में हम कामयाब हैं। हमें एक इन्फॉर्मेशन थी कि कोई ऐसी मूवमेंट बॉर्डर के नज़दीक हो रही है। SPD फाजिलका और CI स्टाफ फाजिलका इनकी टीम और 118 बटालियन जो BSF है जलालाबाद में पोस्ट है इनके ऑफिसर्स कमांडेंट रणवीर सिंह इनके सुपरविजन में एक जॉइंट ऑपरेशन किया गया और DRDN ऑफ BOP के पिलर नंबर 215/6 इस बॉर्डर पिलर के नज़दीक ये सरकंडों में एक कंसाइनमेंट बरामद हुई।